ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪਣੇ ਮੰਚਲੀ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਤਾਂ ਅੱਜ ਦੀ ਜਿਹੜੀ ਰੈਸিপি ਇਸ ਹੈ ਪਿਆਜੇ ਦੀਆਂ ਬੁੱਕਾਂ ਦੀ ਸਬਜੀ। ਕਨੇ ਜੇ ਸਬਜੀ ਇਹ ਬੇਸਣੇ ਸੋਕੇ ਲਈ ਆ ਸੰਭਣਾਣਾ ਤਾਂ ਬੜੀ ਸੁਆਦ ਹੈ ਸਬਜੀ ਜਿਹੜੀ ਇਸ ਤਿਆਰ ਹੁੰਦੀ ਹੈ। ਤਾਂ ਤੁਸੀਂ ਇਹ ਦੇਖਾ ਪਿਆਜੇ ਦੀਆਂ ਰੀਆਂ ਬੁੱਕਾਂ ਲਈਆਂ ਥੀਆਂ ਬੜੀ ਕੀ ধੋਈ ਲਈਆਂ ਥੀਆਂ ਕਨੇ ਫਿਰ ਬਰੀਕ-ਬਰੀਕ ਚੀਰੀ ਲਈਆਂ ਦੀਆਂ ਤਾਂ ਇਹ ਦਿਖਾ ਰਿਹਾ ਇਸਾ ਜਿਹੜਾ ਸਭ ਚੀਰੀ ਲਿਆ ਥਾ ਕਨੇ ਪਿੱਛੇ ਜਿਹੜੇ ਪਿਆਜ਼ ਲੱਗੇ ਥੇ ਤਾਂ ਸਭ ਬਰੀਕ-ਬਰੀਕ ਕੱਟੀ ਲਈ ਥੇ। ਤਾਂ ਚੱਲਾ ਸ਼ੁਰੂ ਕਰਦੇ ਹਾਂ ਸਬਜੀ ਬਣਾਣਾ। ਤੇਰੇ ਖਪਿਆ ਜਨੀ ਬੁਕ ਕੰਦੀ ਸਬਜੀ ਬਣਾਣੇ ਤੇ ਇਹ ਕੜਾਈ ਰੱਖੀ ਤੀ ਗੈਸ ਉਪਰ ਦੋ ਚਮਚ ਤੇਲੇ ਦੇ ਪਾਈ ਤੇ ਉਥੇ ਹੱਦਕ ਚਮਚ ਸਰੋਂ ਪਾਈ ਤੀ ਤੋ ਹਾਂ ਜੀਰਾ ਵੀ ਪਾਈ ਸਕਦੇ ਕਨ ਉਸ ਚੇ ਦੇਖਾ ਲਸਣ ਕਨਹਰੀ ਮਿਰਚਾਂ ਦਾ ਪੇਸਟ ਪਾਈਤਾ ਹੈ ਲਗਭਗ ਇੱਕ ਚਮਚ ਕਨ ਬੜੀ ਕਰੀ ਹਾਂ ਇਹ ਖਬੂਨ ਨਹੀਂ ਲਿਆ ਕਨ ਇਸ ਚ ਦੇਖਾ ਬਸ ਵਾਰ ਪਾਈਤਾ ਤੇ ਥੋੜ ਦੇ ਇਸ ਚ ਹੀ ਪਾਈਤਾ ਕਨ ਬੜੀ ਕਰੀ ਮਸਾਲਾ ਮਿਕਸ ਕਰੀਤਾ ਕਨ ਉਸ ਚ ਦੇਖਾ ਪਿਆਜ ਦੀਆਂ ਬੁਕਾਂ ਪਾਈ ਜਣੀ ਨਸਾ ਇਹ ਦੇਖਾ ਮਿਕਸ ਕਰੀਤੀਆਂ ਨਾ ਸੋਗੀ ਕਨ ਇਹ ਦੇਖਾ ਬੜੀਇ ਕਬੀ ਸਾਰੀਆਂ ਬੁੱਕਾਂ ਜਿਹੜੀਆਂ ਸੈਂ ਪਾਈ ਤੀਆਂ ਨੇ ਕਹਿੰਦੇ ਉਪਰ ਤੇ ਲੱਖਾ ਲੂਣ ਵੀ ਪਾਈਤਾ ਕਹਿੰਦੇ ਇਸ ਚਾਹ ਦੀਆਂ ਪਕਾਣੇ ਰਹੀਆਂ ਐਕਸਟਰਾ ਪਾਣੀ ਨਹੀਂ ਪਾਣਾ ਤਾਂ ਜੀ ਪਿਆਜੇ ਚ ਆਪਣਾ ਬਤੇਰਾ ਪਾਣੀ ਹੁੰਦਾ ਬੁੱਕਾਂ ਚ ਤਾਂ ਇਸ ਚ ਵੀ ਇਹਨਾਂ ਬੁੱਕਾਂ ਜਿਹੜਾ ਸ ਪੱਕੀ ਜਾਣਾ ਤਾਂ ਬੜੀ ਗੀ ਦਿਖਾ ਮਿਕਸ ਕਰੀ ਤੀਆਂ ਨਾ ਇਹ ਦਿਖੀ ਸਕਦੇ ਥੋੜਾ ਥੋੜਾ ਪਾਣੀ ਵੀ ਛੁੱਟਿਆ ਕਹਿੰਦੇ ਇਸ ਚ ਹਾਂ 2 ਤੇ 3 ਮਿੰਟੇ ਪਿਆਜੇ ਦੀਆਂ ਬੁੱਕਾਂ ਜਿਹੜੀਆਂ ਸ ਬੜੀ ਕੀ ਪਕਾਈ ਲੈਣੀਆਂ ਤੇ ਦੇਖਾ ਦੋ ਤੇ ਤਿੰਨ ਮਿੰਟ ਉਹ ਇਹਨ ਪਿਆਜ ਦੀਆਂ ਬੁੱਕਾਂ ਚੋਂ ਪੱਕਦੇ ਹੋਏ ਇਹ ਦੇਖੀ ਸਕਦੇ ਨੇ ਕਿਤਨਾ ਪਾਣੀ ਛੁੱਟਿਆ ਹੈ ਨਿਸ਼ਚਿਤ ਵਧੀਆ ਦੇਖਾ ਸੌਫਟ ਓਨਿਅਨ ਤਾਂ ਹੁਣ ਇਸ ਚ ਹਾਂ ਬੇਸਣ ਪਾਈ ਜਾਣਾ ਹੈ ਤਲਵਗ ਆਧਾ ਕੱਪ ਇਸ ਚ ਬੇਸਣ ਪਾਈ ਤਾਂ ਕਿ ਜਿਹੜਾ ਬੇਸਣ تھا ਸਭ ਦੀ ਪਹਿਲੇ ਹਾਂ ਬੁੰਨੀ ਲਿਆ تھا ਤਾਂ ਬੁੰਨੇ ਨੇ ਕੀ ਹੁੰਦਾ ਕਿ ਬੜਾ ਵਧੀਆ ਸਵਾਦ ਆਂਦੀਆਂ ਪਿਆਜਾਂ ਦੀ ਬੁੱਕਾਂ ਦੀ ਜਿਹੜੀ ਇਸ ਸਬਜੀ ਬਣਦੀ ਬੇਸਣ ਦਾ ਬੜਾ ਵਧੀਆ ਸਵਾਦ ਹੁੰਦਾ ਤੇ ਰੱਖਾ ਬੇਸਣ ਵੀ ਹੁਣ ਹਾਂ ਇਹ ਪਿਆਜ਼ ਦੀਆਂ ਭੁੱਕਾਂ ਨੇ ਪੱਕਾ ਦੀ ਇਸ ਕਨੇ ਫਿਕਸ ਕਰੀ ਜਾਣਾ ਕਨੇ ਇਸ ਚ ਇਤਨਾ ਪਾਣੀ ਛੁੱਟੇ ਕਿ ਜਿਤਨਾ ਆ ਬੇਸਣ ਪਾਇਆ ਬਦੀ ਕਰੀ ਮਿਕਸ ਹੋ ਜਾਣਾ ਇਸ ਚ ਤਨੇ ਤੁਸਾਂ ਜਿਣੀ ਥੋੜਾ ਸੁੱਕਾ ਲੱਗਾ ਤਾਂ ਹੁੰਗਾ ਬੇਸਣ ਦਾ ਥੋੜਾ ਥੋੜਾ ਪਾਣੀ ਇੱਥੇ ਕਨੇ ਛਿੜਕੀਏ ਨਾ ਇੱਕਦਮ ਜ਼ਿਆਦਾ ਪਾਣੀ ਨਹੀਂ ਪਾਣਾ ਤੇ ਅੰਧ ਖਬਦੀ ਕਰੀ ਬੇਸਣ ਜਿਹੜਾ ਸਪਿਆਜ਼ ਦੀਆਂ ਭੁੱਕਾਂ ਚ ਹਾਂ ਮਿਕਸ ਕਰ ਲਿਆ ਦੇਖੀ ਸਕਦੇ ਏਂ ਤੁਸਾਂ ਕਨੇ ਹੁਣ ਬਿਰੀ ਢੱਕਣ ਢੱਕੀ ਕਰੀ ਪਿਆਜ਼ ਦੀਆਂ ਭੁੱਕਾਂ ਜਿਹੜੀਆਂ ਸਾਂ ਬੇਸਣ ਸੋ ਗਿਆ ਸਾਂ ਪਕਾਈ ਲੈਣੀ ਨੇ ਸਬਜੀ ਜਿਹੜੀ ਆ ਸਾਂ ਪਕਾਈ ਲੈਣੀ ੜੱਕਣ ੜੱਕੀ ਤਲਵਗ 5 ਤੇ 6 ਮਿੰਟ ਲੱਗ ਜਾਣ ਨੇ ਤੈ ਦੇਖਾ ਜੀ 5 ਤੇ 6 ਮਿੰਟ ਹੋ ਜਾਣ ਪਿਆਜ ਦੀ ਬੁੱਕਾਂ ਜੋ ਪਕਦੇ ਹੋਏ ਬੇਸਣੇ ਸੁੱਕੀ ਕਿੰਨੇ ਤੁਸਾਂ ਦੇਖ ਸਕਦੇ ਨੇ ਕਿਤਨੀ ਵਧੀਆ ਹੰਦੀ ਏ ਸਬਜੀ ਜਿਹੜੀ ਇਸੇ ਤਿਆਰ ਹੋਈ ਹੈ ਕਨ ਵਿੱਚ ਮੈਂ ਇੱਕ ਤੇ ਦੋ ਬਿਲ ਮਿਕਸ ਕਰੀਤੀ ਸੀ ਸਬਜੀ ਤੇ ਰੱਖਾ ਕਿਤਨੀ ਵਧੀਆ ਹੰਦੀ ਪਿਆਜ ਦੀ ਬੁੱਕਾਂ ਦੀ ਬੇਸਣ ਵਾਲੀ ਸੁੱਕੀ ਸਬਜੀ ਜਿਹੜੀ ਇਸ ਹੈ ਦਿਕ ਲੰਗਾ ਦੀ ਹੈ ਕਿ ਬੜੀ ਸਵਾਦ ਲੱਗਦੀ ਖਾਣੇ ਕਨ ਬਣਾਉਣੇ ਵੀ ਬੜੀ ਆਸਾਨ ਹੈ ਤਾਂ ਹੁਣ ਜੀ ਪਿਆਜ ਦੀ ਬੁੱਕਾਂ ਦਾ ਸੀਜ਼ਨ ਜਿਹੜਾ ਸਸੂਰ ਹੋਈ ਆ ਤਾਂ ਤੁਸੀਂ ਵੀ ਇਹ ਸਬਜੀ ਜਰੂਰ ਬਣਾ ਕੇ ਦੇਖਨੇ ਹੋ ਰੋਟੀਆਂ ਪਰਾਂਠੇ ਕਨ ਖਾ ਬਿਆਗਾ ਜੀ ਬ੍ਰੇਕਫਾਸਟ ਤੇ ਰੀ ਪਰਾਂਠੇ ਕਨ ਬੜੀ ਸਵਾਦ ਲੱਗਦੀ ਟਿਫਿਨੇ ਤੇ ਹੀ ਸਫਰੇ ਤੇ ਹੀ ਵਧੀਆ ਸਬਜੀ ਆ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਣੀ ਕਿ ਤੁਹਾਂ ਜੇ ਪਿਆਜ ਦੀ ਬੁੱਕਾਂ ਦੀ ਬੇਸਣ ਵਾਲੀ ਸੁੱਕੀ ਸਬਜੀ ਕਿਤੇ ਲੱਗੀ ਆ ਕਨ ਆਪਣੇ ਮਾਂਚਲੀ YouTube ਚੈਨਲ ਇਸਿਓ ਸਬਸਕ੍ਰਾਈਬ ਵੀ ਕਰ ਲੈਣੇ